ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਡੂੰਘੀਆਂ ਸਿਖਰਾਂ। ਇੱਕ ਹੀ ਮੌਸਮ ਪਤਝੜ ਦਾ ਪ੍ਰਾਇਆ ਦੇਸ਼ ਕਿਤਨਾ ਵੀ ਵਿਸ਼ਾਲ ਹੋਵੇ ਆਪਣੇ ਘਰ ਨਾਲੋਂ ਸੋੜਾ ਹੀ ਲੱਗਦਾ ਹੈ। ਜਿਵੇਂ ਉਖੜੇ ਹੋਏ ਦਰਖਤ ਦੀ ਕੋਈ ਛਾਂ ਨਹੀਂ ਹੁੰਦੀ, ਉਵੇਂ ਹੀ ਉਖੜੇ ਹੋਏ ਮਨ ਦੀ, ਉਦਾਸੇ ਹੋਏ ਦਿਲ ਦੀ ਕੋਈ ਧਰਵਾਸ ਨਹੀਂ ਹੁੰਦੀ। ਜਿਉਂ ਜਿਉਂ ਕੋਈ ਵਧੇਰੇ ਵਿਦਵਾਨ, ਯਥਾਰਥਵਾਦੀ, ਸੂਖਮ ਅਤੇ ਤਜਰਬੇਕਾਰ ਹੋ ਜਾਂਦਾ ਹੈ, ਤਿਉਂ ਤਿਉਂ ਉਹ ਉਦਾਸ ਹੋਈ ਜਾਂਦਾ ਹੈ। ਨਿਰਾਸ਼ਤਾ ਤੋਂ ਉਪਜੀ ਉਦਾਸੀ 20ਵੀਂ ਸਦੀ ਦੀ ਕਾਢ ਹੈ। ਜੇ ਕਿਸੇ ਨਿਰਾਸ਼ਾਵਾਦੀ ਨੂੰ ਕਿਸੇ ਆਸ਼ਾਵਾਦੀ ਨਾਲ ਰਹਿਣਾ ਪੈ ਜਾਵੇ ਤਾਂ ਦੱਸਿਆ ਨਹੀਂ ਜਾ ਸਕਦਾ ਕਿ ਸਜ਼ਾ ਕੌਣ ਭੁਗਤ ਰਿਹਾ ਹੋਵੇਗਾ। ਕੋਈ ਕਹਿ ਰਿਹਾ ਸੀ, ਕਈ ਲੋਕ ਬਿਨਾਂ ਕੁਝ ਦੱਸੇ ਹੀ ਆਤਮਘਾਤ ਕਰ ਲੈਂਦੇ ਹਨ। ਸੁਣਨ ਵਾਲੇ ਨੇ ਕਿਹਾ ਕਿ ਆਤਮਘਾਤ ਕਰਨਾ ਦੱਸਣਾ ਨਹੀਂ। ਉਦਾਸੀ ਸਮੁੱਚੀ ਮਾਨਵ ਜਾਤੀ ਦਾ ਸਾਂਝਾ ਅਨੁਭਵ ਹੈ, ਕੋਈ ਵੀ ਇਸ ਤੋਂ ਮੁਕਤ ਨਹੀਂ। ਮਾਨਵ ਜਾਤੀ ਦੀ ਸਾਂਝੀ ਸ਼ਿਕਾਇਤ ਸਰੀਰਕ ਦਰਦ ਹੈ, ਇਸੇ ਕਰਕੇ ਦਵਾਈਆਂ ਵਿੱਚ ਸਭ ਤੋਂ ਵੱਧ ਗਿਣਤੀ ਦਰਦ ਨਿਵਾਰਕ ਦਵਾਈਆਂ ਦੀ ਹੈ। ਸਰੀਰਕ ਦਰਦ ਨੂੰ ਕਸ਼ਟ ਵੀ ਕਹਿੰਦੇ ਹਨ। ਮਨੁੱਖ ਸਰੀਰਕ ਦਰਦ ਜਾਂ ਕਸ਼ਟ ਦਾ ਇਲਾਜ ਭਾਵੇਂ ਲੱਭ ਲਵੇ, ਪਰ ਮਾਨਸਿਕ ਦਰਦ ਦਾ ਇਲਾਜ ਸੌਖਾ ਨਹੀਂ। ਮਾਨਸਿਕ ਦਰਦ ਨੂੰ ਉਦਾਸੀ ਕਹਿੰਦੇ ਹਨ। ਇਹ ਵੀ ਸੱਚ ਹੈ ਕਿ ਦਰਦ ਹੀ ਮਨੁੱਖ ਨੂੰ ਇਨਸਾਨ ਬਣਾਉਂਦਾ ਹੈ। ਦੁੱਖ, ਦਰਦ ਅਤੇ ਉਦਾਸੀ ਸਾਡੇ ਵਿਕਾਸ ਦੀਆਂ ਲੋੜਾਂ ਹਨ। ਜੇ ਦਰਦ ਅਤੇ ਉਦਾਸੀ ਨਾ ਹੁੰਦੇ ਤਾਂ ਉਮਰ ਕੋਈ ਵੀ ਹੁੰਦੀ, ਅਸੀਂ ਬੱਚੇ ਹੀ ਰਹਿਣਾ ਸੀ ਅਤੇ ਤਰਸ, ਹਮਦਰਦੀ ਅਤੇ ਸਹਿਯੋਗ ਜਿਹੇ ਲੱਛਣ ਸਾਡੇ ਵਿੱਚ ਪ੍ਰਗਟ ਨਹੀਂ ਸਨ ਹੋਣੇ। ਇਸਤਰੀਆਂ ਵਿਚਲੇ ਬਹੁਤੇ ਗੁਣ ਉਹਨਾਂ ਦੇ ਸਰੀਰਕ ਅਤੇ ਭਾਵਕ ਦਰਦਾਂ ਨਾਲ ਰਿਸ਼ਤੇ ਕਾਰਨ ਹੁੰਦੇ ਹਨ। ਜਾਨਵਰਾਂ, ਪੰਛੀਆਂ ਆਦਿ ਨੂੰ ਵੀ ਸਰੀਰਕ ਕਸ਼ਟ ਤਾਂ ਮਨੁੱਖਾਂ ਵਾਂਗ ਹੀ ਹੁੰਦਾ ਹੈ, ਪਰ ਮਾਨਸਿਕ ਕਸ਼ਟ ਕੇਵਲ ਮਨੁੱਖ ਦਾ ਅਨੁਭਵ ਹਨ। ਸੋ ਉਦਾਸੀ ਕੇਵਲ ਮਨੁੱਖ ਦਾ ਅਨੁਭਵ ਖੇਤਰ ਹੈ। ਮਾਨਸਿਕ ਦਰਦ ਜਾਂ ਉਦਾਸੀ ਮਨੁੱਖ ਦੇ ਸਮਾਜੀਕਰਨ ਕਰਕੇ ਹੈ। ਸਾਡੀ ਉਦਾਸੀ ਲਈ ਕੋਈ ਹੋਰ ਜ਼ਿੰਮੇਵਾਰ ਹੁੰਦਾ ਹੈ। ਹਰ ਕੋਈ ਸਾਨੂੰ ਉਦਾਸ ਕਰਦਾ ਹੈ, ਕੋਈ ਮਿਲ ਕੇ ਉਦਾਸ ਕਰਦਾ ਹੈ, ਕੋਈ ਵਿਛੜ ਕੇ। ਕਈ ਲੋਕਾਂ ਵਿੱਚ ਉਦਾਸ ਹੋਣ ਦੀ ਤੰਗ ਹੁੰਦੀ ਹੈ। ਉਹ ਇਤਨੇ ਮਜ਼ਬੂਤ ਨਹੀਂ ਹੁੰਦੇ ਕਿ ਖੁਸ਼ੀ ਮਾਣ ਸਕਣ, ਸੋ ਉਹ ਪ੍ਰਸੰਨ ਹੋਣ ਵਾਲੀਆਂ ਹਾਲਤਾਂ ਵਿੱਚ ਵੀ ਉਦਾਸ ਹੁੰਦੇ ਹਨ। ਕਈ ਲੋਕ ਉਦਾਸੀ ਨੂੰ ਸਿਆਣਪ ਨਾਲ ਜੋੜਦੇ ਹਨ। ਅਜਿਹੇ ਲੋਕਾਂ ਨੂੰ ਮਾਣ ਹੁੰਦਾ ਹੈ ਕਿ ਉਹ ਉਦਾਸ ਨਹੀਂ, ਸਿਆਣੇ ਹਨ, ਸੋ ਉਹ ਇਕੱਲੇ ਹੀ ਵਿਚਰਦੇ ਹਨ। ਇਕੱਲਤਾ ਉਦਾਸੀ ਨੂੰ ਅਤੇ ਉਦਾਸੀ ਇਕੱਲਤਾ ਨੂੰ ਵਧਾਉਂਦੀ ਹੈ। ਫੌਜੀਆਂ ਦੀ ਉਦਾਸੀ ਅਤੇ ਦੁੱਖ ਦਰਦ ਯੁੱਧ ਮੁੱਕਣ ਉਪਰੰਤ ਸ਼ੁਰੂ ਹੁੰਦੇ ਹਨ, ਕਿਉਂਕਿ ਯੁੱਧ ਮਗਰੋਂ ਲੜਾਈ ਜਾਂ ਮੁੱਠਭੇੜ ਵਿੱਚ ਮਾਰੇ ਗਏ ਸਾਥੀਆਂ ਦੇ ਚਿਹਰੇ ਅੱਖਾਂ ਅੱਗੋਂ ਹਟਦੇ ਹੀ ਨਹੀਂ। ਲੜਾਈ ਦੌਰਾਨ ਸੋਚਣ, ਮਹਿਸੂਸ ਕਰਨ ਦੀ ਵਿਹਲ ਨਹੀਂ ਹੁੰਦੀ, ਪਰ ਯੁੱਧ ਉਪਰੰਤ ਵਿਹਲ ਮਿਲਦਿਆਂ ਹੀ ਪਏ ਘਾਟਿਆਂ ਦੀ ਯਾਦ ਉਦਾਸੀ ਉਪਜਾਉਂਦੀ ਹੈ ਅਤੇ ਥਾਲੀ ਵਿੱਚੋਂ ਵਿਛੜ ਗਏ ਸਾਥੀ ਦਾ ਚਿਹਰਾ ਨਜ਼ਰ ਆਉਂਦਾ ਹੈ। ਕਿਸੇ ਦੇ ਮਰਨ ਉਪਰੰਤ ਉਦਾਸੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਭੋਗ ਉਪਰੰਤ ਸਾਕ ਸੰਬੰਧੀ ਚਲੇ ਜਾਂਦੇ ਹਨ ਅਤੇ ਸਾਡਾ ਸਥਿਤੀ ਦੇ ਯਥਾਰਥ ਨਾਲ ਸਾਹਮਣਾ ਹੁੰਦਾ ਹੈ। ਪਤੀ ਦੇ ਮਰਨ ਨਾਲ ਘਰ ਹੀ ਨਹੀਂ ਆਪਣਾ ਆਪ ਵੀ ਖਾਲੀ ਖਾਲੀ ਲੱਗਦਾ ਹੈ। ਇਵੇਂ ਹੀ ਪ੍ਰੀਖਿਆ ਉਪਰੰਤ ਸਵਾਲਾਂ ਦੇ ਦਿੱਤੇ ਗਲਤ ਉੱਤਰਾਂ ਦੀ ਗਿਣਤੀ ਵਧਣ ਲੱਗਦੀ ਹੈ ਅਤੇ ਇਮਤਿਹਾਨ ਮੁੱਕਣ ਦੀ ਖੁਸ਼ੀ ਨਤੀਜਾ ਚੰਗਾ ਨਾ ਆਉਣ ਦੀ ਚਿੰਤਾ ਵਿੱਚ ਬਦਲ ਜਾਂਦੀ ਹੈ। ਵਿਆਹ ਵੇਲੇ ਕਿਸੇ ਨੇ ਵੀ ਸੋਚਿਆ ਨਹੀਂ ਹੁੰਦਾ ਕਿ ਤਲਾਕ ਲੈਣਾ ਪਵੇਗਾ। ਤਲਾਕ ਦੋਹਾਂ ਧਿਰਾਂ ਨੂੰ ਅਸਫਲ ਹੋਣ ਕਾਰਨ ਉਦਾਸ ਕਰਦਾ ਹੈ। ਅਸੀਂ ਪਰਿਵਾਰਕ ਮਾਣ ਸਤਿਕਾਰ ਵਾਸਤੇ, ਬੱਚਿਆਂ ਵਾਸਤੇ ਅਤੇ ਸਮਾਜ ਵਿੱਚ ਆਪਣੀ ਪਛਾਣ ਬਣਾਈ ਰੱਖਣ ਵਾਸਤੇ ਵੱਡੀਆਂ ਮੁਸੀਬਤਾਂ ਵੀ ਖਿੜੇ ਮੱਥੇ ਸਹਿ ਲੈਂਦੇ ਹਾਂ, ਪਰ ਤਲਾਕ ਦਾ ਮੁਕੱਦਮਾ ਅਤੇ ਪਰਿਵਾਰਕ ਪਰੇਸ਼ਾਨੀਆਂ ਸਾਨੂੰ ਨਿਤਾਣਾ ਕਰ ਦਿੰਦੀਆਂ ਹਨ ਅਤੇ ਸਾਡੇ ਅੰਦਰ ਬਾਹਰ ਉਦਾਸੀ ਫਸਲ ਜਾਂਦੀ ਹੈ। ਮਨੁੱਖ ਦੀਆਂ ਬਹੁਤੀਆਂ ਸਮੱਸਿਆਵਾਂ ਉਦੋਂ ਉਪਜਦੀਆਂ ਹਨ ਜਦੋਂ ਉਹ ਬੇਮੁਹਾਰ ਹੋ ਕੇ ਮਨ ਮਰਜ਼ੀ ਕਰਨ ਲੱਗ ਪੈਂਦਾ ਹੈ। ਜਦੋਂ ਅਸੀਂ ਦੂਜਿਆਂ ਦੀ ਪਰਵਾਹ ਕਰਨੀ ਬੰਦ ਕਰ ਦਿੰਦੇ ਹਾਂ ਤਾਂ ਆਪ ਹੁਦਰੇਪਣ ਕਾਰਨ ਅਸੀਂ ਵਿਕਾਸ ਨਹੀਂ ਕਰਦੇ, ਸਗੋਂ ਨਿਗਰਦੇ ਹਾਂ। ਹੁਣ ਜਦੋਂ ਇਕੱਠੇ ਰਹਿਣ ਲਈ ਸਮਾਜਿਕ ਦਬਾਅ ਘੱਟ ਰਹੇ ਹਨ, ਹੁਣ ਪਰਿਵਾਰ ਵਿੱਚ ਰਹਿੰਦਿਆਂ ਵੀ ਹਰ ਕੋਈ ਇਕੱਲਾ ਹੈ, ਹਰ ਕੋਈ ਆਪਣੇ ਬਾਰੇ ਹੀ ਸੋਚਣ ਲੱਗ ਪਿਆ ਹੈ, ਜਦੋਂ ਕਿ ਵਿਆਹ ਅਤੇ ਪਰਿਵਾਰ ਦੂਜੇ ਦਾ ਧਿਆਨ ਰੱਖਣ ਅਤੇ ਦੂਜੇ ਬਾਰੇ ਸੋਚਣ ਨਾਲ ਸਫਲ ਹੁੰਦੇ ਹਨ।
सती की रसम वास्तव में स्त्री का यह विरलाप सी कि पति प्रति उसके प्यार विच सेवा विच ध्यान विच जरूर कोई घाट रह गई होगी। पति की गैर हाजिरी विच वह अपने जीवन की कल्पना भी नहीं सी कर सकती। पहला एक विआह ही प्रवान सी, हुण दो भी प्रवान हन। सो समाज एक तलाक नूं प्रवान करन लग पिया है। नेड़ भविख विच तीन विआह भी प्रवान होण लग पैणगे। इस नाल समाजिक टुट भज वधेगी, क्योंकि जदों रिश्ते हंढणसार ना रहण तां कुछ भी स्थाई नहीं रहिंदा। टुट्टे घर सबुत्ते बंदे पैदा नहीं कर सकदे। जेड़े समझते हैं कि तलाक लैन उपरंत तो आजाद हो जाएंगे, उन्हों का भरम जल्दी ही टुट जाता है, क्योंकि उन्होंने बनावटी और खोखला जीवन जीवन की मजबूरी आन बनती है। तलाक का मार्ग तो रोशन हो रहा है, पर परिवारक रिश्तों में हनेरा बढ़ रहा है। इवें ही धार्मिक स्थानों की गिनती वधन का कारण यह नहीं कि लोगों में श्रद्धा भावना बढ़ गई है, सगो यह है कि लोग बधेरे झूठे बेईमान ते धोखेबाज हो गए हैं। सो अपने आप बख्शाउण लई उन्हां नूं वधेरे अरदासां करनियां पै रहियां हन। ज्यों ज्यों समाज खेतीबाड़ी तो उद्योगिक पेंडू तो शहरी सधारण तो तड़क भड़क वाला हुंदा जांदा है, त्यों त्यों स्वार्थी सोच प्रधान हुंदी जांदी है। हर किसी वालों केवल लाभ सोचा जाता है, नुकसान दूजिया ने उठाना है। सानू लाभ ही होना चाहिए है। निक्कियां निक्कियां गल्लां वड्डियां समस्यावां बनदियां जा रही हैं। घरां विच बजुर्गां दे हाजर ना होण कारण झगड़े सुलझदे ही नहीं, कोई समझाउण वाला ही नहीं। हर कोई सोच रहा है मैं क्यों चुकां, स्त्री पुरुष दोहां दा विहार बदल रहा है। अजोकी पढ़ी लिखी स्त्री पुरश की मैं मूर्खता और पुरश स्त्री की नीमी कारगुजारी आपुदरेपण एक हद तक ही बर्दाश्त करते हैं। सफर की थकावट काम का बोझ वधदी कीमतां आराम की घाट छड्डी सहनशीलता घटाउंदे हैं। मजदूर जमात वसीलियां की घाट कारण दुखी है, जदों की सहनशीलता की घाट मध्य श्रेणी शहरी जीवन का रोग हो है। सो यह वर्ग मानसिक पक्षों सब तो वध पीड़ित है, तो दूजे वर्ग इस वर्ग की नकल करन करके दुखी हैं। बहुता चिर इकट्ठे रहन नाल जे प्यार होवे तां प्यार वधदा है, पर जे प्यार ना होवे ते मजबूरी कारण इकट्ठे रहना पै रहा होवे तां थकावट सनकीपन गुस्सा ते नफरत वधदी है। रिश्ता तो हुंदा है पर किसी प्रकार की तसली नहीं मिलती। इस स्थिति विचों ही नजायज रिश्ते उसरदे हन, ते जदों स्थिति गंभीर हो जाती है तां ही कतल ते आत्मघात विच प्रगट हुंदी है। अजिहे वर्तारे नाल कोई कई परिवार परेशानी ते उदासी विच घिर जांदे हन। अजोके जीवन विच उदासी दे कारण निरंतर वध रहे हन। घर ते परिवार दे अर्थ बदल रहे हन। इस्त्रियां घर नाल जुड़ियां हुंदियां हन। कम काजी इस्त्रियां दी भी पहली वफादारी घर नाल ही हुंदी है। पुरश कुछ भी करे वह अक्सर कम वाली थान नाल जुड़िया हुंदा है। असफल पुरश जा सेवा मुक्त व्यक्ति ही बहुता समा घर गुजारदे हन। परेशान पुरश घर रहना पसंद करते हैं, बहुता चिर घर रहन करके घर रहन वालियां नूं परेशान करते हैं। कामकाजी थावां ते पुरशां दा विहार अक्सर विरोधाभासी हुंदा है। वह अपने साथियों नालों अगे भी लंघना चाहते हैं, उन्हां दा साथ भी मानना चाहते हैं। सो इको वेले मुकाबले ते सहयोग की स्थिति विच विचरण कारण वह तनाव विच रहिंदे हन ते जीवन बोझ बन जाता है। जीवन का भाव साडा आले दुआले के संबंधों तो हुंदा है, क्योंकि असीं अपने आप नूं अपने आले दुआले का भाग ही समझते हाँ। जिन्हां नाल साडे संबंध हुंदे हन उन्हां दे संदर्भ विच ही साडा मान अपमान होना हुंदा है। इन्हां संबंधां दे सुखावें जां अणसुखावें होण कारण असीं प्रसन्न जां उदास हुंदे रहिंदे हाँ। उदास होने तो पहला सानू कई अणसुखावें अनुभवों के अनेक पड़ावों विचों लंघना पैंदा है। जिहड़ा एकदम चढ़े और एकदम उतर जाए और पछतावा भी होवे उसनू गुस्सा कहिंदे हन। जदों साडा आले दुआले उत्ते काबू ना रहे तां इस स्थिति नूं मायूसी कहिंदे हन। जदों बार बार कोशिश करन दे बावजूद कम ठीक ना होवे तां अजिही हालत परेशानी कहाउंदी है। जदों साडी कोई पाली पोसी आस पूरी ना होवे तां सानू हार जां असफलता दा अहसास हुंदा है। जिहड़े गिले शिकवियां दा इतिहास होवे ते जिहड़े लम्मा अरसा रहण उह उदासी सिरजदे हन।
ਕਈਆਂ ਵਿੱਚ ਗੁੱਸੇ ਹੋਣ ਦੀ ਹਿੰਮਤ ਨਹੀਂ ਹੁੰਦੀ ਸੋ ਉਹ ਰੁੱਸ ਜਾਂਦੇ ਹਨ। ਜੇ ਕੋਈ ਵੀ ਸਥਿਤੀ 2 ਹਫ਼ਤਿਆਂ ਤੋਂ ਵਧੇਰੇ ਰਹੇ ਤਾਂ ਸਮਝੋ ਸਮੱਸਿਆ ਗੰਭੀਰ ਹੈ। ਜੇ ਮਾਯੂਸੀ ਅਤੇ ਉਦਾਸੀ ਸੰਘਣੀ ਹੋ ਜਾਵੇ ਤਾਂ ਇਹਨਾਂ ਵਿੱਚੋਂ ਆਤਮਘਾਤ ਦੀ ਇੱਛਾ ਉਪਜਦੀ ਹੈ। ਉਦਾਸੀ ਇਕੱਲਤਾ ਦਾ ਰੋਗ ਹੈ। ਇਸ ਸੰਸਾਰ ਵਿੱਚ ਅਸੀਂ ਸਾਰੇ ਬਿਲਕੁਲ ਇਕੱਲੇ ਹਾਂ, ਕੋਈ ਵੀ ਹੋਰ ਸਾਡੇ ਵਰਗਾ ਨਹੀਂ, ਪਰ ਫਿਰ ਵੀ ਅਸੀਂ ਆਪਣੇ ਵਰਗਿਆਂ ਨੂੰ ਲੱਭਦੇ ਰਹਿੰਦੇ ਹਾਂ ਪਰ ਸਫਲ ਨਹੀਂ ਹੁੰਦੇ। ਇਕੱਲੇ ਹੋਣ ਕਰਕੇ ਹਰ ਕੋਈ ਅਸੁਰੱਖਿਅਤ ਹੈ ਅਤੇ ਦੂਜਿਆਂ ਵਿੱਚ ਨੁਕਸ ਕੱਢ ਕੇ ਹਰ ਕੋਈ ਆਪਣੇ ਚੰਗੇ ਹੋਣ ਦਾ ਭਰਮ ਸਿਰਜਦਾ ਹੈ। ਅਜਿਹਾ ਕਰਦੇ ਤਾਂ ਅਸੀਂ ਪ੍ਰਸੰਨ ਹੋਣ ਵਾਸਤੇ ਹਾਂ ਪਰ ਅੰਦਰੋਂ ਅਸੀਂ ਹੋਰ ਉਦਾਸ ਹੀ ਹੁੰਦੇ ਹਾਂ। ਦੂਜਿਆਂ ਦੀ ਬੁਰਾਈ ਕਰਨੀ ਸੌਖੀ ਹੁੰਦੀ ਹੈ, ਪਹਾੜ ਤੋਂ ਥੱਲੇ ਉਤਰਨ ਵਾਂਗ ਮਨ ਵੀ ਸਾਥ ਦਿੰਦਾ ਹੈ ਕਿਉਂਕਿ ਮਨ ਦੂਜਿਆਂ ਦੀ ਬੁਰਾਈ ਨੂੰ ਮਾਣਦਾ ਹੈ। ਪ੍ਰਸ਼ੰਸਾ ਕਰਨੀ ਔਖੀ ਹੁੰਦੀ ਹੈ, ਜਦੋਂ ਜਹਿਦ ਕਰਨ ਵਾਂਗ ਮਨ ਵਿਰੋਧ ਕਰਦਾ ਹੈ, ਪਰ ਜੇ ਬੁਰਾਈ ਹੀ ਲੱਭੋਗੇ, ਨੁਕਸ ਕੱਢੋਗੇ, ਕਿਸੇ ਨੂੰ ਨਿਰੰਤਰ ਭੰਡੋਗੇ ਤਾਂ ਤੁਹਾਡੀ ਸੋਚ ਦੀ ਪੱਧਰ ਨੀਵੀਂ ਹੁੰਦੀ ਜਾਵੇਗੀ। ਨੀਵੀਂ ਸੋਚ ਕੇਵਲ ਬੁਰਾਈ ਹੀ ਵੇਖਦੀ ਹੈ, ਬੁਰਾਈ ਵੇਖਣ ਦੀ ਆਦਤ ਥਕਾਉਂਦੀ ਤਾਂ ਹੈ ਹੀ, ਉਦਾਸ ਵੀ ਕਰਦੀ ਹੈ। ਜੇ ਚੰਗਿਆਈ ਵੇਖੋਗੇ ਪ੍ਰਸ਼ੰਸਾ ਭਾਵੇਂ ਨਾ ਕਰੋ, ਪਰ ਜੇ ਪ੍ਰਵਾਨ ਕਰੋਗੇ ਤਾਂ ਸੋਚ ਦੀ ਪੱਧਰ ਉੱਚੀ ਹੋਵੇਗੀ, ਸ਼ਕਤੀ ਵਧੇਗੀ। ਉੱਚੀ ਸੋਚ ਨਾਲ ਕੇਵਲ ਚੰਗਿਆਈ ਹੀ ਵੇਖੀ ਜਾ ਸਕਦੀ ਹੈ। ਸੰਤ ਉਹ ਹੁੰਦਾ ਹੈ ਜੋ ਬੁਰਾਈ ਵੇਖਣੀ ਤਿਆਗ ਦੇਵੇ, ਮਹਾਂਪੁਰਸ਼ ਉਹ ਹੁੰਦਾ ਹੈ ਜੋ ਕੇਵਲ ਚੰਗਿਆਈ ਹੀ ਵੇਖੇ। ਕਹਿੰਦੇ ਹਨ ਚੋਣ ਕਰਨ ਵੇਲੇ ਚੰਗੇ ਜਾਂ ਮਾੜੇ ਵੱਲ ਧਿਆਨ ਦੇਣ ਦੀ ਥਾਂ ਉਹ ਚੁਣੋ ਜੋ ਠੀਕ ਹੈ। ਠੀਕ ਚੰਗਾ ਵੀ ਹੁੰਦਾ ਹੈ, ਠੀਕ ਜਾਂ ਸਹੀ ਦੀ ਚੋਣ ਕਰਦੇ ਕਰਦੇ ਸਹੀ ਦੀ ਚੋਣ ਕਰਨ ਦੀ ਆਦਤ ਪੈ ਜਾਵੇਗੀ, ਫਿਰ ਚੋਣ ਕਰਨ ਵੇਲੇ ਸੰਸਾ ਨਹੀਂ ਹੋਵੇਗਾ, ਜੋ ਚੁਣੋਗੇ ਉਹ ਠੀਕ ਹੀ ਠੀਕ ਅਤੇ ਸਹੀ ਹੋਵੇਗਾ। ਯੋਗ ਅਭਿਆਸ ਦਾ ਸੰਦੇਸ਼ ਹੈ ਕਿ ਚੁੱਪ ਅਤੇ ਸ਼ਾਂਤ ਮਨ ਤੋਂ ਬਿਨਾਂ ਨਾ ਹੀ ਚੰਗਿਆਈ ਵਿਖਾਈ ਦਿੰਦੀ ਹੈ, ਨਾ ਹੀ ਸਹੀ ਚੋਣ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਉਦਾਸੀ ਤੋਂ ਮੁਕਤ ਹੋਇਆ ਜਾ ਸਕਦਾ ਹੈ। ਇੱਛਾਵਾਂ ਅਤੇ ਚਿੰਤਾਵਾਂ ਦੇ ਵਧਣ ਕਾਰਨ ਪੇਂਡੂ ਅਤੇ ਸ਼ਹਿਰੀ ਦੋਵੇਂ ਪ੍ਰਕਾਰ ਦੀ ਜੀਵਨ ਜਾਂਚ ਵਿੱਚ ਉਦਾਸੀ ਦੇ ਕਾਰਨ ਵੱਧ ਰਹੇ ਹਨ। ਅਜੋਕੇ ਯੁੱਗ ਵਿੱਚ ਹਰ ਕਿਸੇ ਦੀ ਬੇਇੱਜ਼ਤੀ ਹੋ ਰਹੀ ਹੈ। ਮੇਰੇ ਇੱਕ ਅਧਿਆਪਕ ਕਿਹਾ ਕਰਦੇ ਸਨ ਕਿ ਸੁਖਾਲਾ ਜੀਵਨ ਜਿਉਣ ਲਈ ਥੋੜ੍ਹੀ ਜਿਹੀ ਬੇਇੱਜ਼ਤੀ ਬਰਦਾਸ਼ਤ ਕਰਨੀ ਸਿੱਖ ਲਵੋ, ਕਿਉਂਕਿ ਬੇਇੱਜ਼ਤੀ ਤਾਂ ਹੋਣੀ ਹੀ ਹੈ। ਉਹ ਕਿਹਾ ਕਰਦੇ ਸਨ ਕਿ ਸਧਾਰਨ ਰੂਪ ਵਿੱਚ ਜਦੋਂ ਕਿਸੇ ਦੇ ਸਵੈ ਮਾਣ ਨੂੰ ਸੱਟ ਲੱਗਦੀ ਹੈ ਤਾਂ ਉਹ ਮੋੜਵੀਂ ਸੱਟ ਮਾਰੇਗਾ। ਉੱਪਰਲਿਆਂ ਅਤੇ ਨੀਵਿਆਂ ਵਿੱਚ ਜਦੋਂ ਝਗੜਾ ਹੁੰਦਾ ਹੈ ਤਾਂ ਉੱਪਰਲਿਆਂ ਦੀ ਬੇਇੱਜ਼ਤੀ ਹੁੰਦੀ ਹੈ ਅਤੇ ਨਿਚਲਿਆਂ ਨੂੰ ਸਜ਼ਾ ਮਿਲਦੀ ਹੈ। ਉਹ ਇਹ ਵੀ ਕਹਿੰਦੇ ਸਨ ਕਿ ਲੜਨ ਝਗੜਨ ਵੇਲੇ ਆਪਣੀ ਪੱਧਰ ਦਾ ਹਮੇਸ਼ਾ ਧਿਆਨ ਰੱਖੋ, ਉੱਪਰਲਿਆਂ ਨਾਲ ਨਾ ਲੜੋ ਕਿਉਂਕਿ ਨੀਵੇਂ ਹੋਣ ਕਾਰਨ ਤੁਹਾਨੂੰ ਹੀ ਸਜ਼ਾ ਮਿਲੇਗੀ, ਨਿਚਲਿਆਂ ਨਾਲ ਨਾ ਲੜੋ ਕਿਉਂਕਿ ਉਹਨਾਂ ਦੇ ਹੱਥੋਂ ਅਪਮਾਨ ਹੀ ਹੋਵੇਗਾ। ਸੋ ਲੜਨ ਵੇਲੇ ਆਪਣੀ ਪੱਧਰ ਦਾ ਹਮੇਸ਼ਾ ਧਿਆਨ ਰੱਖੋ। ਇੱਕ ਵਾਰੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੇ ਗੁੱਸੇ ਵਿੱਚ ਆ ਕੇ ਹੋਸਟਲ ਦਾ ਬਹਿਰਾ ਕੁੱਟ ਦਿੱਤਾ ਅਤੇ ਹੜਤਾਲ ਕਰ ਦਿੱਤੀ ਕਿ ਬਹਿਰੇ ਨੂੰ ਬਰਖਾਸਤ ਕੀਤਾ ਜਾਵੇ। ਜਾਂਚ ਪੜਤਾਲ ਵਾਲੀ ਕਮੇਟੀ ਨੇ ਵਿਦਿਆਰਥੀਆਂ ਨੂੰ ਪੁੱਛਿਆ ਕਿ ਜਿਹੜੀ ਪੜ੍ਹਾਈ ਤੁਸੀਂ ਕਰ ਰਹੇ ਹੋ ਇਹ ਕਰਕੇ ਤੁਸੀਂ ਕੀ ਲੱਗੋਗੇ। ਕਾਨੂੰਨ ਦੇ ਵਿਦਿਆਰਥੀ ਸਨ, ਕਹਿਣ ਲੱਗੇ ਅਸੀਂ ਜੱਜ ਲੱਗਾਂਗੇ। ਕਮੇਟੀ ਨੇ ਕਿਹਾ, ਤੁਸੀਂ ਜੱਜ ਕਿਵੇਂ ਲੱਗੋਗੇ? ਤੁਹਾਡੀ ਪੱਧਰ ਤਾਂ ਬਹਿਰਿਆਂ ਨਾਲ ਲੜਨ ਵਾਲੀ ਹੈ। ਜੀਵਨ ਵਿੱਚ ਬਹੁਤ ਅਰਸੇ ਮਗਰੋਂ ਅਤੇ ਅਨੇਕਾਂ ਸਬਕ ਸਿੱਖਣ ਉਪਰੰਤ ਪਤਾ ਲੱਗਦਾ ਹੈ ਕਿ ਬਹੁਤੇ ਲੋਕ ਚੰਗੇ ਹੁੰਦੇ ਹਨ ਪਰ ਕੁਝ ਕਦੀ ਕਦੀ ਮਾੜਾ ਵਿਹਾਰ ਵੀ ਕਰਦੇ ਹਨ। ਬਹੁਤੇ ਲੋਕ ਮਿਹਰਬਾਨ ਹੁੰਦੇ ਹਨ ਪਰ ਕਦੀ ਕਦੀ ਕੋਈ ਕਮੀਨਾਪਣ ਵੀ ਵਿਖਾਉਂਦਾ ਹੈ। ਲਗਭਗ ਸਾਰੇ ਲੋਕ ਵੱਡੇ ਦਿਲ ਵਾਲੇ ਹੁੰਦੇ ਹਨ ਪਰ ਕਦੀ ਕਦੀ ਕੁਝ ਦਿਲ ਬੜਾ ਹੀ ਛੋਟਾ ਕਰ ਲੈਂਦੇ ਹਨ। ਬਹੁਤੇ ਲੋਕ ਮੈਨੂੰ ਪਸੰਦ ਕਰਦੇ ਹਨ ਪਰ ਕੁਝ ਮੈਨੂੰ ਨਫ਼ਰਤ ਵੀ ਕਰਦੇ ਹਨ। ਬਹੁਤੇ ਲੋਕ ਪਰੇਸ਼ਾਨੀਆਂ ਦੇ ਬਾਵਜੂਦ ਜੀਵਨ ਨਾਲ ਇਕਸੁਰ ਹੁੰਦੇ ਹਨ ਪਰ ਕਈ ਬੜੇ ਉਦਾਸ ਵੀ ਹੁੰਦੇ ਹਨ। ਬਹੁਤੇ ਲੋਕ ਝਗੜੇ ਉਪਜਾਉਂਦੇ ਹਨ ਪਰ ਕੁਝ ਸਮੱਸਿਆਵਾਂ ਸੁਲਝਾਉਂਦੇ ਵੀ ਹਨ। ਬਹੁਤੇ ਲੋਕ ਆਪਣੇ ਮਾਪਿਆਂ ਦੀ ਚਿੰਤਾ ਹੁੰਦੇ ਹਨ ਪਰ ਕੁਝ ਆਪਣੇ ਮਾਪਿਆਂ ਦੀ ਪ੍ਰਸੰਨਤਾ ਵੀ ਹੁੰਦੇ ਹਨ। ਨਿਰਸੰਦੇਹ ਉਦਾਸ ਹੋਣਾ ਕਿਸੇ ਦੀ ਚੋਣ ਜਾਂ ਮਰਜ਼ੀ ਨਹੀਂ ਹੁੰਦੀ, ਪਰ ਫਿਰ ਵੀ ਹਰ ਕੋਈ ਕਦੀ ਨਾ ਕਦੀ ਉਦਾਸ ਹੁੰਦਾ ਹੈ। ਕਾਰਨ ਇਹ ਹੈ ਕਿ ਅਸੀਂ ਜਿਉਣਾ ਤਰਕ ਨਾਲ ਚਾਹੁੰਦੇ ਹਾਂ ਪਰ ਜਿਉਂਦੇ ਭਾਵਨਾਵਾਂ ਨਾਲ ਹਾਂ। ਸਾਡੇ ਬਹੁਤੇ ਨਿਰਣੇ ਭਾਵਨਾਵਾਂ ਕਾਰਨ ਤਰਕ ਉੱਤੇ ਪੂਰੇ ਨਹੀਂ ਉਤਰਦੇ ਅਤੇ ਉਦਾਸੀ ਸਿਰਜਦੇ ਹਨ। ਇੱਕ ਵਾਰੀ ਇੱਕ ਇਸਤਰੀ ਨੇ ਲੜਕੇ ਅਤੇ ਲੜਕੀ ਦੇ ਜੁੜੇ ਸਰੀਰ ਨੂੰ ਜਨਮ ਦਿੱਤਾ। ਓਪਰੇਸ਼ਨ ਨਾਲ ਬੱਚੇ ਵੱਖ ਕੀਤੇ ਜਾਣੇ ਸਨ। ਜੁੜੇ ਸਰੀਰਾਂ ਦੀਆਂ ਕੁੱਲ 3 ਲੱਤਾਂ ਸਨ। ਰਿਸ਼ਤੇਦਾਰਾਂ ਦੇ ਦਬਾਓ ਕਾਰਨ ਮਾਪਿਆਂ ਨੇ ਡਾਕਟਰਾਂ ਨੂੰ ਕਿਹਾ
कि लड़के नूं दो लत्तां दिओ। डाक्टरां ने समझाया कि लड़की दे शरीर विचों केवल एक लत्त नूं खून जांदा है, सो दो लत्तां लड़की नूं मिलनियां चाहीदियां हन, पर मापे लड़के नूं दो लत्तां देण लई जोर पाउंदे रहे। ऑपरेशन शुरू कर दिता गया, दो लत्तां वाला लड़का मर गया, एक लत्त वाली लड़की जिउंदी रही। हुण मापे जदों वी धी नूं वेखदे हन तां अपने किते गलत निर्णय कारण उदासी विच डुब जांदे हन। उदासी नूं तर्क नाल नहीं समझा जा सकदा, इह मन दा रोग है। इस दा संबंध साडियां भावनावां नाल है। राती भैड़े सुपने वेखण उपरांत उदास व्यक्ति जदों सवेरे अखबार पढ़दा है तां उह होर उदास हो जांदा है। उदास होण दी स्थिति विच उह कुछ पढ़ना चाहीदा है जिस दे अर्थ सदीवी होण। सारे प्रसिद्ध गीत उदासी दे गीत हुंदे हन, सारियां डूंघियां गल्लां उदासी विचों उपजदियां हन, सारियां महान पुस्तकां गंभीर अनुभव दी देण हन। कला किरतां विच प्रगट होई वडेरी उदासी दे संदर्भ विच साडी अपनी उदासी घट जांदी है। उदासी दौरान विहारक पक्ष वल वी ध्यान देण दी लोड़ है। जे तुसी उदास हो ते अपने कोल पैसे नहीं तां किसी रिश्तेदार दे घर नहीं जाना चाहीदा, उह समझणगे पैसे मंगण आया है। उहनां दा विहार तुहानूं होर उदास करेगा। उदासी दी हालत विच सांझियां खुल्लियां थावां ते जाण नाल मन टिक जांदा है ते वगदे साफ पाणी दे किनारे बहि के मन शांत हो जांदा है। जे रोण नूं मन करदा है तां रोवो, एकांत विच बहि के रोण नाल मन हल्का होवेगा। अखियां दे सुके खाल भर के वगण दिओ, प्रतीत होवेगा दिल इशनान कर रहा है। रोज सकन दी समर्था ते योग्यता कारण ही इस्त्रियां बड़े वड्डे घाटे सहजे ही बर्दाश्त कर लैंदियां हन। जे किसी विछड़े नाल गल्लां करन नूं मन करदा होवे तां एकांत विच बहि के करो, विछड़े होए तों हौसला ते दिलासा मिलेगा। रोण नाल साडा दिल निर्मल, मन कोमल ते साडी बिरती स्वच्छ हो जांदी है। यही कारण है कि रोण नाल मन तों बोझ उतर जांदा है ते सानू साफ दिखाई देण लग पैंदा है अते जिंदगी दे ओह रंग वी विखाई देण लग पैंदे हन जिहड़े असीं पहलां वेखे नहीं हुंदे। सोग समय जिहड़े लोग साडे नाल दुख वंडाउण आउंदे हन ओह जिंदगी दी रौनक ते जीवन दे सुभावक प्रवाह विचों आए हुंदे हन। ਉਹ ਆਪਣੀ ਥੋੜ੍ਹੀ ਜਿਹੀ ਰੌਣਕ ਦੇ ਜਾਂਦੇ ਹਨ ਅਤੇ ਥੋੜ੍ਹੀ ਜਿਹੀ ਸਾਡੀ ਉਦਾਸੀ ਲੈ ਜਾਂਦੇ ਹਨ। ਨਿਰਸੰਦੇਹ ਸਫੈਦੀ ਦਾ ਰੰਗ ਪੀਲਾ ਪੈ ਜਾਂਦਾ ਹੈ। ਸਾਨੂੰ ਪਤਾ ਲੱਗ ਜਾਂਦਾ ਹੈ ਕਿ ਬਹਾਰ ਸਦਾ ਨਹੀਂ ਰਹਿੰਦੀ, ਪਤਝੜ ਆਉਂਦੀ ਹੈ ਅਤੇ ਇਵੇਂ ਲੱਗਦਾ ਹੈ ਜਿਵੇਂ ਇੱਕ ਹੀ ਮੌਸਮ ਹੋਵੇ ਉਦਾਸੀ ਦਾ, ਪਰ ਇਵੇਂ ਨਹੀਂ ਹੁੰਦਾ। ਲੰਮੀ ਉਦਾਸੀ ਨਾਲ ਅਕਸਰ ਜੀਵਨ ਵਿੱਚ ਦਿਲਚਸਪੀ ਘੱਟਦੀ ਹੈ, ਨੱਚਣ ਗਾਉਣ ਨਾਲ ਚਿੜ ਹੋ ਜਾਂਦੀ ਹੈ, ਥਕਾਵਟ ਜਕੜ ਲੈਂਦੀ ਹੈ, ਨੀਂਦ ਵਿੱਚ ਵਿਘਨ ਪੈਂਦਾ ਹੈ, ਭੁੱਖ ਨਹੀਂ ਲੱਗਦੀ, ਦਿਲ ਡੁੱਬਦਾ ਹੈ, ਸਰੀਰ ਦਰਦ ਕਰਦਾ ਹੈ, ਸਭ ਪਾਸੇ ਤੋਂ ਘਿਰ ਜਾਣ ਦਾ ਅਹਿਸਾਸ ਹੁੰਦਾ ਹੈ ਅਤੇ ਮੁਸੀਬਤਾਂ ਉਪਰਥਲੀ ਵਧਣ ਲੱਗ ਪੈਂਦੀਆਂ ਹਨ। ਇੱਕ ਵਾਰ ਇੱਕ ਵਿਧਵਾ ਇਸਤਰੀ ਦੀ ਮਾਂ ਮਰ ਗਈ। ਇਕਲੌਤੀ ਧੀ ਉੱਤੇ ਤਲਾਕ ਦਾ ਮੁਕੱਦਮਾ ਸ਼ੁਰੂ ਹੋ ਗਿਆ। ਮਾਲਕ ਮਕਾਨ ਵੱਲੋਂ ਮਕਾਨ ਖਾਲੀ ਕਰਨ ਦਾ ਨੋਟਿਸ ਮਿਲ ਗਿਆ। ਵਿਹਲੇ ਪੁੱਤਰ ਨੇ ਪ੍ਰੇਮ ਵਿਆਹ ਕਰਵਾ ਲਿਆ। ਜਿਹੜੀ ਸਹੇਲੀ ਦੁੱਖ ਸੁੱਖ ਵੇਲੇ ਬੋਹੜਦੀ ਸੀ ਉਹ ਅਮਰੀਕਾ ਚਲੀ ਗਈ। ਅਜੋਕੇ ਜੀਵਨ ਵਿੱਚ ਕਿਸੇ ਵੇਲੇ ਕੁਝ ਵੀ ਵਾਪਰ ਸਕਦਾ ਹੈ। ਮੇਰੇ ਇੱਕ ਮਿੱਤਰ ਹਨ, ਜਦੋਂ ਉਹਨਾਂ ਕੋਲ ਸਾਧਨ ਸਨ ਤਾਂ ਉਹ ਨਿੱਤ ਦਿਨ ਪਰਿਵਾਰ ਸਹਿਤ ਮਹਿੰਗੇ ਸੈਰ ਸਪਾਟੇ 'ਤੇ ਨਿਕਲਦੇ ਸਨ। ਹੁਣ ਜਦੋਂ ਵਸੀਲੇ ਨਹੀਂ ਰਹੇ ਉਹ ਮਾਨਸਿਕ ਸੰਤੁਲਨ ਗੁਆ ਬੈਠੇ ਹਨ। ਪਤਨੀ ਕਹਿੰਦੀ ਹੈ ਕੋਈ ਰਿਸ਼ਤੇਦਾਰ ਮਦਦ ਹੀ ਨਹੀਂ ਕਰਦਾ। ਉਦਾਸੀ ਵੇਲੇ ਦੂਜਿਆਂ ਪ੍ਰਤੀ ਕੀਤੇ ਅਹਿਸਾਨ ਜਤਲਾਉਣ ਨਾਲ ਜਾਂ ਲੋਕਾਂ ਨੂੰ ਕ੍ਰਿਤਕਣ ਸਾਬਤ ਕਰਨ ਨਾਲ ਸਥਿਤੀ ਨਹੀਂ ਬਦਲਦੀ। ਆਪਣੀ ਉਦਾਸੀ ਦਾ ਆਪਣੀਆਂ ਮੁਸੀਬਤਾਂ ਵਾਂਗ ਆਪਣਾ ਬੋਝ ਹਰ ਕਿਸੇ ਨੇ ਆਪ ਹੀ ਚੁੱਕਣਾ ਹੁੰਦਾ ਹੈ। ਜਦੋਂ ਅਸੀਂ ਉਦਾਸ ਹੁੰਦੇ ਹਾਂ ਤਾਂ ਉਹ ਵਿਚਾਰ ਅਤੇ ਡਰ ਵੀ ਸਾਨੂੰ ਗ੍ਰਿਫਤਾਰ ਕਰ ਲੈਂਦੇ ਹਨ ਜਿਨ੍ਹਾਂ ਬਾਰੇ ਅਸੀਂ ਸੋਚਿਆ ਹੁੰਦਾ ਹੈ ਕਿ ਅਸੀਂ ਉਹ ਫਤਿਹ ਕਰ ਲਏ ਹਨ। ਮਨੁੱਖ ਦੀ ਸੰਸਾਰਕ, ਸਮਾਜਿਕ ਅਤੇ ਆਰਥਿਕ ਪ੍ਰਸੰਨਤਾ ਵੱਲ ਕਿਸੇ ਧਰਮ ਨੇ ਧਿਆਨ ਨਹੀਂ ਦਿੱਤਾ। ਜੇ ਕਿਸੇ ਧਰਮ ਨੇ ਆਰਥਿਕਤਾ ਦੇ ਪੱਖੋਂ ਕੁਝ ਕੀਤਾ ਹੈ ਤਾਂ ਉਤਨਾ ਕੁ ਹੀ ਜਿਤਨੇ ਨਾਲ ਉਸ ਧਰਮ ਦੀਆਂ ਆਪਣੀਆਂ ਆਰਥਿਕ ਲੋੜਾਂ ਪੂਰੀਆਂ ਹੁੰਦੀਆਂ ਰਹਿਣ। ਬਹੁਤੇ ਲੋਕ ਉਦਾਸੀ ਵੇਲੇ ਕੰਮ ਕਾਜ ਛੱਡ ਕੇ ਅਤੇ ਕਦੀ ਛੁੱਟੀ ਲੈ ਕੇ ਬਹਿ ਜਾਂਦੇ ਹਨ। ਇਵੇਂ ਕਰਨ ਨਾਲ ਉਦਾਸੀ ਵੱਧਦੀ ਹੈ। ਉਦਾਸੀ ਵੇਲੇ ਆਪਣੇ ਆਪ ਨੂੰ ਸਮਝਾਉਣ ਦੀ ਲੋੜ ਹੈ ਕਿ ਨਾ ਕੋਈ ਮੇਰੇ ਨਾਲ ਉੱਚਾ ਹੈ, ਨਾ ਹੀ ਨੀਵਾਂ। ਮੈਂ ਵੀ ਹੋਰਾਂ ਵਾਂਗ ਇੱਕ ਸਧਾਰਨ ਵਿਅਕਤੀ ਹਾਂ ਅਤੇ ਜੋ ਕੁਝ ਵੀ ਵਾਪਰਿਆ ਹੈ ਪਹਿਲੀ ਵਾਰ ਨਹੀਂ ਵਾਪਰਿਆ, ਲੱਖਾਂ ਨਾਲ ਵਾਪਰ ਚੁੱਕਿਆ ਹੈ, ਕਰੋੜਾਂ ਨਾਲ ਵਾਪਰੇਗਾ।
ਗਰੀਬੀ, ਲੰਮੀ ਬਿਮਾਰੀ, ਸਮਾਜਿਕ ਹੇਠੀ, ਹਾਰ, ਅਸਫਲਤਾ ਆਦਿ ਉਦਾਸੀ ਦੇ ਸਰਵਵਿਆਪਕ ਕਾਰਨ ਹਨ। ਤੰਗ ਘਰ, ਭੀੜੀਆਂ ਗਲੀਆਂ, ਮੈਲੇ ਕੱਪੜੇ, ਸਫਾਈ ਦੀ ਅਣਹੋਂਦ, ਭੋਜਨ ਅਤੇ ਪਾਣੀ ਦੀ ਘਾਟ ਆਦਿ ਸਭ ਨਿਰਾਸ਼ਾਜਨਕ ਹਾਲਤਾਂ ਹਨ। ਉਦਾਹਰਣ ਵਜੋਂ, ਇੱਕ ਪਰਿਵਾਰ ਵਿੱਚ ਗਰੀਬੀ ਕਾਰਨ ਸਲਾਬੇ ਘਰ ਵਿੱਚ ਰਹਿਣ ਕਰਕੇ ਬੱਚੇ ਨੂੰ ਦਮੇ ਦੀ ਸ਼ਿਕਾਇਤ ਹੈ ਅਤੇ ਹਸਪਤਾਲ ਦੇ ਡਾਕਟਰ ਦੇ ਬਿੱਲ ਅਤੇ ਦਵਾਈਆਂ ਲਈ ਪੈਸੇ ਨਹੀਂ, ਉਧਾਰ ਲੈਣੇ ਪੈਂਦੇ ਹਨ। ਵਿਆਜ ਦੀ ਅਦਾਇਗੀ ਵਿੱਚ ਸਾਈਕਲ ਵੀ ਇੱਕ ਵਿਕ ਜਾਂਦੀ ਹੈ। ਕੰਮ ਵਾਲੀ ਥਾਂ 'ਤੇ ਵਕਤ ਸਿਰ ਪਹੁੰਚਿਆ ਨਹੀਂ ਜਾ ਸਕਦਾ। ਨੌਕਰੀ ਖਤਮ ਕਰਨ ਦੀ ਚੇਤਾਵਨੀ ਮਿਲਦੀ ਹੈ। ਅਜਿਹੀ ਹਾਲਤ ਕਾਰਨ ਭੈੜੇ ਘਰ ਵਿੱਚ ਰਹਿੰਦੇ ਰਹਿਣ ਦੀ ਮਜਬੂਰੀ ਹੈ, ਜਿਸ ਨਾਲ ਬੱਚੇ ਦੀ ਦਮੇ ਦੀ ਸਮੱਸਿਆ ਹੋਰ ਵਿਗੜ ਜਾਂਦੀ ਹੈ। ਜਿਨ੍ਹਾਂ ਨੂੰ ਇਹ ਮਜਬੂਰੀ ਨਹੀਂ ਹੁੰਦੀ, ਉਹਨਾਂ ਨੂੰ ਹੋਰ ਪਰੇਸ਼ਾਨੀਆਂ ਹੁੰਦੀਆਂ ਹਨ। ਮੇਰੀ ਇੱਕ ਸਤਿਕਾਰਯੋਗ ਅਧਿਆਪਕਾ ਸੀ, ਬੜੀ ਉਦਾਸ, ਧਰਮ ਅਤੇ ਜਾਤ ਦੇ ਵਖਰੇਵੇਂ ਕਾਰਨ ਉਸਦਾ ਵਿਆਹ ਨਹੀਂ ਸੀ ਹੋਇਆ। ਉਸਨੇ ਸਮਾਜ ਅਤੇ ਧਰਮ ਦੀ ਮਰਿਆਦਾ ਦੀ ਈਨ ਮੰਨ ਲਈ ਸੀ, ਕਿਉਂਕਿ ਉਹ ਉਸ ਜ਼ਮਾਨੇ ਦੀ ਸੀ ਜਦੋਂ ਸੁੱਚੀਆਂ ਕਦਰਾਂ ਕੀਮਤਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀਆਂ ਸਨ, ਅਤੇ ਜਦੋਂ ਇੱਕ ਜਨਮ ਵਿੱਚ ਇੱਕ ਨੂੰ ਹੀ ਪਿਆਰ ਕਰਨ ਅਤੇ ਉਸੇ ਦੀ ਯਾਦ ਵਿੱਚ ਜਿਉਣ ਅਤੇ ਮਰਨ ਦੀ ਪਰੰਪਰਾ ਸੀ। ਉਸਦੀ ਉਦਾਸੀ ਨੂੰ ਵੇਖ ਕੇ ਅਸੀਂ ਕਿਹਾ ਕਰਦੇ ਸਾਂ ਕਿ ਚੰਗਾ ਹੁੰਦਾ ਜੇ ਉਸਨੂੰ ਉਹ ਨਾ ਹੀ ਮਿਲਿਆ ਹੁੰਦਾ। ਹਰ ਵਿਅਕਤੀ ਵੱਖਰੇ ਕਾਰਨ ਕਰਕੇ ਉਦਾਸ ਹੈ, ਪਰ ਹਰ ਕੋਈ ਉਦਾਸ ਹੈ। ਹਸਮੁੱਖ ਲੋਕਾਂ ਨਾਲੋਂ ਉਦਾਸ ਲੋਕਾਂ ਨੇ ਸੰਸਾਰ ਨੂੰ ਵਧੇਰੇ ਯੋਗਦਾਨ ਦਿੱਤਾ ਹੈ। ਉਦਾਸੀ ਹੁੰਦੀ ਦੁਖਦਾਈ ਹੈ, ਪਰ ਇਸਦਾ ਸਿੱਟਾ ਸੁਖਦਾਈ ਹੁੰਦਾ ਹੈ। ਉਦਾਸੀ ਨਾਲ ਸਾਡੀ ਤੱਕਣੀ ਵਿੱਚ ਹਮਦਰਦੀ ਜਾਗਦੀ ਹੈ, ਸਾਡੇ ਵਿਹਾਰ ਵਿੱਚ ਡੂੰਘਾਈ ਆਉਂਦੀ ਹੈ, ਅਸੀਂ ਧਿਆਨ ਨਾਲ ਸੁਣਨ ਦਾ ਸਲੀਕਾ ਸਿੱਖਦੇ ਹਾਂ, ਅਸੀਂ ਕਾਹਲ ਤੋਂ ਮੁਕਤ ਹੋ ਜਾਂਦੇ ਹਾਂ, ਸਾਡੀ ਸੋਚ ਵਿਸ਼ਾਲ ਹੁੰਦੀ ਹੈ, ਅਨੁਭਵ ਦੀ ਸ਼ਕਤੀ ਅਤੇ ਸਮਝਣ ਦੀ ਸਮਰੱਥਾ ਵੱਧ ਜਾਂਦੀ ਹੈ। ਉਦਾਸ ਵਿਅਕਤੀ ਨੂੰ ਉਦਾਸੀ ਵਿੱਚੋਂ ਮਿੱਤਰਾਂ, ਪਿਆਰਿਆਂ ਅਤੇ ਸਾਕ ਸੰਬੰਧੀਆਂ ਦੀ ਉਹ ਭਾਵਨਾ ਕੱਢਦੀ ਹੈ, ਜਿਸ ਵਿੱਚ ਉਦਾਸ ਵਿਅਕਤੀ ਨੂੰ ਜੀਵਨ ਦੇ ਪ੍ਰਵਾਹ ਵਿੱਚ ਮੁੜ ਲਿਆਉਣ ਦੀ ਕਾਮਨਾ ਕੀਤੀ ਗਈ ਹੁੰਦੀ ਹੈ। ਜੇ ਹਮਦਰਦੀ ਦੀ ਤਰੇਲ ਪੈਂਦੀ ਰਹੇ ਤਾਂ ਮੁਰਝਾਏ ਹੋਏ ਗੁਲਾਬ ਵੀ ਖਿੜ ਪੈਂਦੇ ਹਨ। ਹੌਲੀ ਹੌਲੀ ਸਾਨੂੰ ਵਿਸ਼ਵਾਸ ਹੋ ਜਾਂਦਾ ਹੈ ਕਿ ਪਤਝੜ ਵਿੱਚ ਵੀ ਫੁੱਲ ਖਿੜਦੇ ਹਨ। ਗੁਲਮੋਹਰ ਤਾਂ ਖਿੜਦਾ ਹੀ ਜੇਠ ਹਾੜ੍ਹ ਦੀਆਂ ਧੁੱਪਾਂ ਵਿੱਚ ਹੈ। ਉਦਾਸੀ ਦੇ ਡੂੰਘੇ ਅਨੁਭਵ ਸਭ ਪ੍ਰਕਾਰ ਦੀ ਕਲਾ ਅਤੇ ਵਿਸ਼ੇਸ਼ ਕਰਕੇ ਕਵਿਤਾ ਦੀ ਜਨਮਭੂਮੀ ਹੁੰਦੇ ਹਨ। ਕਵਿਤਾ ਸਾਡੀ ਆਤਮਾ ਨੂੰ ਸਿੰਜਦੀ ਹੈ। ਅਜੋਕੇ ਸਮੇਂ ਵਿੱਚ ਸਾਨੂੰ ਸੈਂਕੜੇ ਹਜ਼ਾਰਾਂ ਕਵੀਆਂ ਦੀ ਲੋੜ ਹੈ, ਜਿਹੜੇ ਉਦਾਸੀ ਨੂੰ ਗੀਤਾਂ ਵਿੱਚ ਸਮੋ ਸਕਣ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।